की कर दी बनी है ए लकड़ियां अंदर रखिया। हां मेरी दी तैनु पता झाड़ दा मौसम है ते बदल तू कट्ठा होया खलोता सेज गईया लकड़ियां ता रोटी को नहीं पकणी वो बैठिया सा हाथ से हाथ धर के तो वो करेंदी ता पाई आ ते बहन की दे पता नहीं की दे। हां तो नु लुड्या कीता होयो नु काम ना करण दित्ता कर भाई सारी चपार मैं करे बग्गे सिर ना तुसी ना करया छोरी भी अजीब ही हो गई फायदा नहीं है ठीक है कल ना अज ही तू को निकल जा ठीक है बाद कल तू धोखा देने जो तू को जाना फायदा कोई नहीं कमली है मैं तेन क्यों धोखा देना प्यार मैं तेरे नाल करदा हूं देना तो मैं करदा कोई नहीं तो मैं अज ही जाके अपने मां प्यो नाल गल करनी चाहे मैं शादी उन्हें नाल काई नहीं करनी बस इंज ना करी नहीं तो गल साड़ी मेरे ते आ नहीं है ठीक है उन्होंने आखना सारी गल तेरे ते इंजाम तेरे ते आ गया ਕਿਸੇ ਤਰੀਕੇ ਨਾਲ ਗੱਲ ਕਰਨੀ ਠੀਕ ਹੈ ਨਾ ਤੋਂ ਇਹਦਾ ਹਾਲ ਤੋਂ ਹੀ ਢੁੱਟਣਾ ਮੈਂ ਤਾਂ ਸਿੱਧਾ ਜਿਹਾ ਬੰਦਾ ਮੈਂ ਤਾਂ ਲੱਗਿਆ ਜਾਣਾ ਜਾ ਕੇ ਜਵਾਬ ਦੇ ਛੱਡਣ ਹੋਏ ਉਹਨਾਂ ਨੂੰ ਮੈਂ ਰਿਮਸ਼ਾ ਨਾ ਕਹਿੰਦੇ ਸ਼ਾਦੀ ਕਰਨੀ ਨਹੀਂ ਮੈਂ ਆਪੇ ਗੱਲ ਨਹੀਂ ਸਾ ਠੀਕ ਹੈ ਨਾ ਤੂੰ ਕੋਈ ਨਾ ਕੋਈ ਚਬਲ ਹੀ ਮਾਰਨੀ ਹੈਗੀ ਮੈਂ ਆਪੇ ਗੱਲ ਸੁਣ ਲੈ ਸਾ बारिश आवन आली ते लकड़ियां ओ अंदर भी रखवावनी ते होर भी काम हैं करन आले ठीक है ना आओ तू मेरे नाल ही चल ठीक है आंगी हां अम्मी गुस्सा कर दी पई आ ठीक आ जा अजे ताई छोरी नहीं आईया ਇਹ ਗਈ ਸੀ ਤੂੰ ਵੀ ਟੁੱਟਣ ਗਈ ਉਹ ਵੀ ਬੈਂਕ ਨਹੀਂ ਆ ਵੜੀ ਉਹ ਛੋਰਾ ਜਾ ਤੂੰ ਨਾ ਪਤਾ ਕਰ ਆ ਮੁਸੀਬਤਾਂ ਜਿਹੀਆਂ ਛੋਰੀ ਮੇਰੇ ਤੇ ਗਾਟੇ ਪਈਆਂ ਬ ਘਰ ਦਾ ਐਵੇਂ ਪਿਆ ਹੋਇਆ ਉਹ ਨਾ ਬਾਂਕ ਫੇਰਾ ਨਹੀਂ ਮਾਰਿਆ ਬਈ ਤੋੜੇ ਕਰ ਲਈਏ ਕੋ ਰਲ ਮਿਲ ਕੇ ਆ ਗਈਆਂ ਐ ਆ ਨਹੀਂ ਆ ਗਈਆਂ ਆ ਗਏ ਤੇ ਮੋ ਇਤਨੀ ਢਿੱਲ ਲਾਣੀ ਆ ਉਹ ਮੁਰਬਤ ਆਈ ਤਾਂ ਜਾਵਾਂ ਯਾਰਾਂ ਨੂੰ ਸੂਡਣ ਵਾਸਤੇ ਇਹ ਪੱਠੇ ਵਡਣ ਗਈ ਹੋਈ ਆ ਤੇ ਤੁਸੀਂ ਦੱਸਿਆ ਹੀ ਕੋਈ ਕਿ ਅੱਗੇ ਪਾਣੀ ਲਾਇਆ ਹੋਇਆ ਤੇ ਸਾ ਤੂੰ ਪੁੱਛ ਕੇ ਗਈ ਏ चलो ठीक है कुंजो करो तू बारिश पी पी वेलेज लड़ा के करना मैं पता नहीं तू छैलियां चलो ठीक है जागा वेले नाल ते नबेड़ा कर लेकिन मैं ओल टाइम में तेरे को पूछना है तू ना आया दसा तो पूछना पहले मैं ना वादा कर कि तू गुस्सा नहीं करेंगे चलो वादा हो गया तू परेशान ते ना होना मैं क्यों गुस्सा करना तेरी गल तू मेरी बहन है खोल के गाल कर वेला तेनू तू पता है कि मैं तो बस एक दूसरे ना करने प्यार ठीक है दाडी कल हो जानी शादी मैं नहीं चाहती कि ताड़ी कल नू शादी है घर ताड़ा ना वसे ठीक है बाद तंगी होवे दानो मैं नहीं जानती है ठीक है ते अगे वेख ला तो शायदा मैनू तो इस गल दा पता ही कोई नहीं की गल करदी पई है तू ते आवास प्यार कर दे हाँ ते गल तू मैनू पहले क्यों नहीं दसी दस दिते ना ना जदो गल ही पक्की होगी वो मेरा मांग है ते हुण तू मैनू दसदी पई है तेनू सही आखदी पई आ ना ਵੇਖ ਰਿਮਸ਼ਾ ਤੇਰੀ ਮੈਂ ਤਾਂ ਅੱਗੇ ਹੱਥ ਜੋੜਨੀ ਆ ਨਾ ਤੂੰ ਜ਼ਲੀਲ ਹੋ ਨਾ ਮੈਂ ਨਹੀਂ ਠੀਕ ਹੈ ਐਵੇਂ ਬਾਅਦ ਤੂੰ ਵੀ ਜ਼ਲੀਲ ਹੋ ਸੇ ਮੈਂ ਵੀ ਹੋ ਸਾਂ ਇਹ ਰਿਸ਼ਤਾ ਨਾ ਕਰ ਸ਼ਾਇਦ ਤੂੰ ਤੇ ਮੈਂ ਹੁਣ ਕੀ ਕਰਾਂ
ਬਿਰਾ ਨੂੰ ਕੀ ਆਖਾਂ ਤੇ ਮਾਂ ਨੂੰ ਕੀ ਜਵਾਬ ਦੇਵਾਂ ਮੈਂ? ਮੈਂ ਕਿਵੇਂ ਆਖ ਸਕੀ ਤੂੰ ਅਬਾਸ ਨਾਲ ਪਿਆਰ ਕਰਦੀ ਹੈ? ਵੇਖ ਮੇਰੀ ਭੈਣ, ਅਗਰ ਤੂੰ ਇਨਕਾਰ ਨਾ ਕੀਤਾ ਤੇਰੀ ਭੈਣ ਜ਼ਹਿਰ ਲਾ ਕੇ ਮਰ ਜਾਣੇ। ਸ਼ਾਇਦ ਤੂੰ ਪਾਗਲ ਤਾਂ ਨਹੀਂ ਹੋ ਗਈ ਹੈ? ਇਹ ਸਮਝ ਮੈਂ ਪਾਗਲ ਹੋ ਗਈ, ਤੇਰੀ ਭੈਣ ਪਾਗਲ ਹੋ ਗਈ। ਅੱਛਾ ਠੀਕ ਹੈ ਸ਼ਾਇਦਾ, ਮੈਨੂੰ ਇਸ ਗੱਲ ਦੀ ਸਮਝ ਲੱਗ ਗਈ ਹੈ। ਮੈਂ ਕੋਈ ਨਾ ਕੋਈ ਹੱਲ ਕੱਢਦੀ ਹਾਂ, ਲੇਕਿਨ ਤੂੰ ਕੋਈ ਗਲਤ ਕਦਮ ਨਹੀਂ ਉਚਾਉਣਾ, ਸਮਝ ਆਈ ਨਾ? ਸੁਣ ਰਹੀ ਹੈ ਨਾ ਮੇਰੀ ਗੱਲ? ਸੁਣ ਨਹੀਂ ਪਈ? ਹਾਂ ਮੈਂ ਕੁਝ ਕਰਦੀ ਹਾਂ। ਠੀਕ ਹੈ ਰਿਆਜ਼ ਵੀਰਾ, ਤੈਨੂੰ ਪਤਾ ਤੈਨੂੰ ਭਾਵੇਂ ਗੱਲ ਹੋ ਰੁਕਾਵਟ ਵੀ ਲੱਗ ਸੀ, ਲੇਕਿਨ ਗੱਲ ਹੋ ਫਾਇਦੇ ਵਾਲੀ। ਕਿਹੜੀ ਗੱਲ ਦੱਸ ਤਾਂ ਸਹੀ ਕਿ ਐਵੇਂ ਗੋਣ ਗੋਣ ਕੀਤੀ ਰੱਖਣੀ ਹੈ? ਤੈਨੂੰ ਪਤਾ ਬਈ ਰਿਮਸ਼ਾ ਨਾਲ ਮੇਰੀ ਮੰਗਣੀ ਹੋਈ ਆ। ਹਾਂ ਉਸ ਤੋਂ ਬਾਅਦ ਉਹਦੀ ਭੈਣ ਨਾਲ ਮੇਰਾ ਇਸ਼ਕ ਹੋ ਗਿਆ ਮੈਨੂੰ। ਉਹਦੀ ਭੈਣ ਨਾਲ? ਸ਼ਾਇਦਾਂ ਨਾਲ। ਉਹ ਤੈਨੂੰ ਇਸ਼ਕ ਹੋ ਗਿਆ ਸ਼ਾਇਦਾਂ ਨਾਲ? ਹਾਂ। ਅੱਛਾ ਗੱਲ ਕਰ, ਉਹ ਮੈਥੇ ਮਰਦੀ ਹੈ ਤੇ ਮੈਂ ਉਸ ਤੇ ਮਰਦਾ, ਤੇ ਮੈਂ ਰਿਮਸ਼ਾ ਨਾਲ ਸ਼ਾਦੀ ਕਾਇ ਨਹੀਂ ਕਰਨੀ, ਮੈਂ ਕਰਨੀ ਹੈ ਸ਼ਾਇਦਾਂ ਨਾਲ, ਤੇ ਇਸ ਉਲਝਾਣੇ ਚੋਂ ਬਾਲਾ ਤੂੰ ਹੀ ਮੈਨੂੰ ਕੱਢਣਾ। ਅਬਾਸ ਤੈਨੂੰ ਪਤਾ ਵੀ ਹੈ ਜਿਸ ਦੇ ਤੇਰੀ ਮੈਂ ਮੰਗਣੀ ਕਰਨ ਗਿਆ ਆਮਨਾ ਰਿਮਸ਼ਾ ਨਾਲ, ਉਸ ਦੇ ਸ਼ਾਇਦਾਂ ਮੈਨੂੰ ਬੜੀ ਚੰਗੀ ਲੱਗਿਆ ਤੇ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਜੀ। ਤੈਨੂੰ ਪਤਾ ਮੈਂ ਵੀ ਸ਼ਾਇਦਾਂ ਨਾਲ ਪਿਆਰ ਕਰਦਾ। ਠੀਕ ਹੈ ਹੁਣ ਤੂੰ ਇਹ ਚਾਹੁੰਦਾ ਬਈ ਸ਼ਾਇਦਾਂ ਨਾਲ ਮੇਰੀ ਸ਼ਾਦੀ ਕਰ, ਲੇਕਿਨ ਤੂੰ ਤਾਂ ਮੇਰੇ ਵੱਲੋਂ ਨਹੀਂ ਵੇਖਿਆ। ਮੈਂ ਤਾਂ ਮੋਤੇਰਾ ਵੱਡਾ ਭਰਾ, ਮੈਂ ਤਾਂ ਮੈਂ ਕੁਰਬਾਨੀ ਦੇਵਣੀ ਹੈ ਨਾ, ਮੈਂ ਆਪਣਾ ਪਿਆਰ ਤੈਨੂੰ ਦੇ ਛੱਡ ਸਾਂ। ਪਰੇਸ਼ਾਨ ਨਾ ਹੋ, ਤੂੰ ਭਰਾ ਪਿੱਛੇ ਮੈਂ ਆਪਣੇ ਪਿਆਰ ਦੀ ਕੁਰਬਾਨੀ ਦੇਵਣ ਨੂੰ ਤਿਆਰ ਹਾਂ, ਲੇਕਿਨ ਤੂੰ ਨਾ ਕੱਚਾ ਗੱਲ ਮਾਰ ਪਵੀਂ ਤੇ ਹੁਣ ਤੂੰ ਸਾਰੀ ਮੈਥੇ ਸੱਟ। ਠੀਕ ਹੈ? ਠੀਕ ਹੈ। ਉਹ ਮੇਰਾ ਪੁੱਤਰ, ਇਹ ਤਾਂ ਇੱਥੇ ਮੈਂ ਪੁੱਛਣੀ ਹਾਂ, ਪਿਤਰੇਰ ਤੇਰੇ ਆਣ ਮੰਗਣੀ ਕਰ ਗਿਆ ਨਾ, ਹਟ ਕੇ ਉਹ ਨਾ ਫੇਰਾ ਕੋਈ ਨਹੀਂ ਮਾਰਿਆ, ਪਤਾ ਨਹੀਂ ਸਾਨੂੰ ਕੀ ਰੋਲਾ ਤੇ ਕੀ ਨਹੀਂ। ਭਾਈ ਜਵਾਨਾਂ ਧੀਆਂ ਘਰ ਬੈਠੀਆਂ ਸਾਨੂੰ ਤਾਂ ਚੰਗੀਆਂ ਨਹੀਂ ਲੱਗਦੀਆਂ। ਭਾਈ ਚਲੋ ਢੰਗੇ ਉਹ ਲਾ ਲੈਂਦੇ ਦੂਈ ਦਾ ਵੀ, ਮੈਂ ਕਿੱਦਾਂ ਹੀ ਸੋਚਦੀ ਵੇਲੇ ਨਾ ਹੇਕ ਢੰਗੇ ਲਾ, ਸਾਡਾ ਤਾਂ ਸਮਾਨ ਹੀ ਬਣਿਆ ਪਿਆ। ਇੰਝ ਕਰ ਤੂੰ ਲਗਾ ਜਾ ਉਹਨਾਂ ਦੇ ਅੱਲ, ਉਹਨਾਂ ਨੂੰ ਆਖ ਮੇਰੇ ਨਾਲ ਤੇਰੇ ਪਿਤਰੇ ਰੋ ਵਿਰਾ ਹੋਇਆ ਨਹੀਂ, ਕੋਈ ਫਰਕ ਵੀ ਹੈ। ਉਹਨਾਂ ਨੂੰ ਆਖ ਮੇਰਾ ਵਿਰਾ ਵਾ ਬਾਜਾ ਸਵੇਰ ਨੂੰ ਕੱਜੇ ਕੰਨੀ ਢੰਗੇ ਲਾ ਲਾ, ਕਿਉਂ ਅਸੀਂ ਆ ਮਜ਼ਦੂਰੀ ਵਾਲੇ ਬੰਦੇ ਆਗਾ ਪਿਛਾ ਵੀ ਨਿਕਲਣਾ ਪੈਂਦਾ, ਅਤੇ ਵੇਲੇ ਨਾਲ ਕੱਜੇ ਕੰਨੀ ਲੱਗ ਜਾਵਣ ਦੀਆਂ ਤਾਂ ਉਹ ਕਸਰੀਆਂ ਆਉਂਦੀਆਂ। ਠੀਕ ਹੈ ਮਾਂ, ਮੈਂ ਆ ਵਗ ਜਾਂਦਾ, ਮੈਂ ਜਾ ਕੇ ਅਬਾਸ ਰਿਆਜ਼ ਨਾਲ ਗੱਲ ਕਰੇ ਨਾ, ਲੇਕਿਨ ਅੱਜ ਜਿਹੜਾ ਨਾ ਮੌਸਮ ਖਰਾਬ ਹੋਇਆ ਖਲੋਤਾ ਹੈ, ਟੋਰਾ ਸ਼ੋਰਾਂ ਦੀ ਵੀ ਕਰਨੀ ਹੈ, ਭੱਠਾ ਬਾੜਾ ਵਜੇ ਵੱਢਣ ਵਾਲਾ ਹੈ, ਅਤੇ ਮੈਂ ਸੁਬਹ ਜਿਹੜਾ ਨਾ ਸਾਹਿਰੇ ਨਾਸ਼ਤਾ ਕਰਿੰਦਾ, ਖੈਰ ਹੋਵੇ ਤਾਂ ਮੈਂ ਵਗ ਜਾ ਸਾਂਗਿਆ। ਚਲੋ ਜਿਵੇਂ ਤੇਰਾ ਇਰਾਦਾ, ਹੁਣ ਜਾਣਾ ਜਾਂ ਸਹਿਰੇ ਜਾਣਾ ਜਾਂ ਅਸੀਂ ਨੇ ਫਿਲਹਾਲ ਕੋਈ ਉਹਨਾਂ ਦੇ ਨਾਲ ਗੱਲਬਾਤ ਕਰ ਆ, ਬਈ ਸਾਡੀ ਅਰਚਾ ਪੂਰੀ ਹੋਈ ਪਈ ਹੈ। ਅਸਲਾਮੁਅਲੈਕੁਮ। ਰਿਆਜ਼ ਕੀ ਹਾਲ ਹੈ ਵੀਲਾਈ? ਹੋਰ ਸੁਣਾ। ਹੋਰ ਬਿਰਾਵਾ ਪਿਤਰੇਰ ਸਾਹਿਬ ਜਨਾਬ? ਜਨਾਬ ਠੀਕ ਹੈ ਬਹੁਤ ਜੀ। ਹੋਰ ਤਬੀਅਤ ਸਿਹਤ ਦੀ ਸੁਣਾ? ਹਾਂ ਮਾਸੀ ਠੀਕ ਠਾਕ, ਬਿਲਕੁਲ ਕਰਕੇ ਐਵੇਂ ਹੁਣ ਥੋੜਾ ਥੱਕ ਪਿਆ। ਹੋ ਅੱਗੇ ਹੀ ਉਹ ਤੁਹਾਡੀ ਗੱਲ ਛੇੜੀ ਹੋਈ ਆਈ, ਤੁਹਾਡੀ ਜ਼ਿੰਦਗੀ ਵੱਡੀ ਏ। ਹਲਾ ਹਾਂ 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 ਪਿਤਰੇਰਾ, ਸੱਚੀ ਪਿਤਰੇ ਤੈਂ ਆਦੀ ਗੱਲ ਕਰਨ ਦਾ ਬੈਠਿਆ ਸੇ? ਵੇਖ ਲਾ ਮੋੜ ਮਾਸੀ ਹੈ। ਹਾਂ ਮੋੜ ਆ ਗਿਆ ਜੀ, ਨੂੰ ਡਿੱਡੂ ਯਾਦ ਕਰੋ, ਪਹਿਲੇ ਯਾਦ ਕੀਤੇ ਬਿਠਾ ਹੁੰਦਾ। ਬਿਲਕੁਲ ਜੀ ਬਿਲਕੁਲ। ਉਹ ਮੇਰਾ ਪੁੱਤਰ, ਕੋ ਪਾਣੀ ਚਾਹ ਦੀ ਗੱਲ ਕਰ ਪਹਿਲਾਂ, ਕੋ ਚਾਹ ਪਾਣੀ ਪੁੱਛ ਲਈਏ। ਬਿਲਕੁਲ, ਅੱਲਾ ਤਾਲਾ ਤੈਨੂੰ ਬਹੁ ਦੇਵੇ, ਮੈਨੂੰ ਰਾਹ ਚ ਬੇਲੀ ਟਕਰਿਆ, ਮੈਂ ਬੋਤਲ ਪੀ ਕੇ ਪੂਰੇ ਲੀਟਰ ਦੀ, ਐਡਾ ਵੱਡਾ ਢਿੱਡ ਆਈ। ਹਾਂ ਚਲੋ ਚੰਗਾ ਕੀਤਾ ਏ। ਓਏ ਅੰਮਾ ਤੈਨੂੰ ਪਤਾ ਏ ਇਹ ਇਜ਼ਾਦ ਵਾਲੇ ਬੰਦੇ ਨੂੰ, ਮੁੜ ਸਾਰੇ ਬੇਲੀ ਸਾਥੀ ਮੁੜ ਜਿਹੜਾ ਰਾਹ ਟੱਕਰ ਜਾਵੇ, ਮੁੜ ਕੋਈ ਐਵੇਂ ਨਾ ਆਵਣ ਦਿੰਦੇ ਨਾਲੇ ਪਿਤਰੇ ਰੇ ਨਾਂਦਾ ਨਹੀਂ ਮੂੰਹ। ਹਾਂ ਇਦੋਂ ਵੇਖ ਲੈ ਤੇ ਇਦੋਂ ਮੂੰਹ ਸੈਂਪਲ ਬਰਾਬਰ ਹੀ ਏ। ਅੱਲਾ ਚਲੋ ਉਹ ਤਾਂ ਗੱਲ ਛੱਡ ਮੇਰਾ ਪੁੱਤਰ। ਜੀ ਮਾਸੀ, ਮੈਂ ਅੱਗੇ ਹੀ ਉਹ ਗੱਲ ਵੀ ਕਰਿੰਦੀ ਆਂ ਬਾਂ ਕਿ ਤੁਸਾਂ ਹੀ ਫੇਰਾ ਕੋਈ ਨਾ ਮਾਰਿਆ, ਤੁਸੀਂ ਜੋ ਮੰਗਣੀ ਕਰ ਗਏ ਜ਼ਹਿਰੀ ਗੱਲ, ਮੇਰੀਆਂ ਧੀਆਂ ਬੂਹੇ ਤੇ ਬੈਠੀਆਂ ਨਾ, ਮੈਂ ਦੂਵੀ ਨੂੰ ਵੀ ਢਾਂਗੇ ਲਾਣਾ ਤੇ ਤੁਸੀਂ ਕਰ ਗਿਆ ਰਿਮਸ਼ਾਂ ਦਾ ਮੰਗਣੀ, ਤੇ ਮੈਂ ਆਣੀ ਮੇਰਾ ਸਮਾਨ ਬਣਿਆ ਪਿਆ, ਹੁਣ ਤੁਸੀਂ ਕੋ ਮੈਨੂੰ ਟਾਈਮ ਦਿੰਦੇ ਹੋ ਨਾ, ਤੇ ਇਹਨੂੰ ਕਿਵੇਂ ਵਲੇਟ ਕੇ ਲੈ ਜਾਂਦੇ ਹੋ? ਮਾਸੀ ਤੂੰ ਤਾਂ ਪਿਆ ਨਹੀਂ, ਮੈਂ ਅੱਗੇ ਤਿਆਰ ਆਉਂਦਾ ਪਿਆ ਇਸ ਵਾਸਤੇ ਗੱਡੀ ਪਵਾਵੇਂ ਨੂੰ। ਹਲਾ ਹਾਂ ਪਿਆ ਨਹੀਂ, ਫੇਰਾ ਕੋਨੇ ਮਾਰਿਆ
ਸ਼ਾਦੀ ਕਰ ਦੇ ਸਾ ਇਹਨਾਂ ਨੂੰ ਤੇ ਪਿਤਰੇ ਜੰਤਰੀ ਵੇਖ ਕੇ ਰੱਖਣੀ ਤਰੀਕ ਉਹ ਤਾਂ ਕਰ ਲੈ ਸਾ ਲੇਕਿਨ ਰਿਆਜ਼ ਭਰਾ ਮੇਰੀ ਇੱਕ ਮਿਹਨਤ ਮੰਨੀ ਪਿਓ ਮਰਨ ਤੋਂ ਪਿੱਛੇ ਨਾ ਮੈਂ ਇਹਨਾਂ ਨੂੰ ਪਿਓ ਬਣ ਕੇ ਸਾਂਭਿਆ ਇਸ ਤੋਂ ਮੇਰੀਆਂ ਭੈਣਾਂ ਨਹੀਂ ਹਨ ਧੀਆਂ ਵੀ ਹਨ ਭੈਣਾਂ ਵੀ ਹਨ ਅਤੇ ਬੜੀਆਂ ਲੁੱਡੀਆਂ ਅਤੇ ਬੜੀ ਪਿਆਰੀਆਂ ਹਨ ਅਤੇ ਜਿਹੜੀ ਰਿਮਸ਼ਾ ਹੈ ਉਹ ਤਾਂ ਕੁਝ ਜ਼ਿਆਦਾ ਹੀ ਲੁੱਡੀ ਹੈ ਇਹਨਾਂ ਨੂੰ ਕਿਸੇ ਗੱਲ ਦੀ ਤਕਲੀਫ ਨਾ ਦਿਵਿਆ ਹੈ ਅਤੇ ਦੂਜੇ ਨੰਬਰ 'ਤੇ ਤੂੰ ਵੇਖ ਲਾ ਪਹਿਲੀ ਦਫ਼ਾ ਸਾਡੇ ਬੂਹੇ 'ਤੇ ਆਇਆ ਅਸਾਂ ਤਾਂ ਨਾ ਕੋਈ ਨਾ ਕੀਤੀ ਹੇਕ ਜ਼ਬਾਨ ਤੋਂ ਰਿਸ਼ਤਾ ਮੰਗਿਆ ਅਸਾਂ ਹਾਂ ਕਰ ਛੱਡੀ ਪਿਤਰੇ ਮੈਂ ਇੱਥੇ ਇਤਬਾਰ ਆਈ ਲੈ ਵੇਖ ਕਣ ਅੱਲਾ ਦੇ ਬੰਦਿਆ ਤਾਂ ਇੱਥੇ ਇਤਬਾਰ ਹਾਂ ਅਤੇ ਹਾਂ ਕੀਤੀ ਹੋਰ ਅਬਾਸ ਸਾਨੂੰ ਕਿਹੜਾ ਇਤਬਾਰ ਹੈ ਸਿਰਫ ਤੇਰੇ ਮੂੰਹ ਨੂੰ ਸਿਰਫ ਤੇਰੇ ਮੂੰਹ ਨੂੰ ਅਸਾਂ ਹਾਂ ਕੀਤੀ ਮੁਝਦਾ ਬਾਈਵਾਲ ਤੂੰ ਹੈ ਮਾਸੀ ਹਾਂਜੀ ਜੇ ਮੈਂ ਇੱਥੇ ਇਤਬਾਰ ਆਈ ਨਾ ਤਾਂ ਰਿਮਸ਼ਾ ਨੂੰ ਕੋਈ ਦੁੱਖ ਨਾ ਉਸੇ ਹਾਂ ਬਿਰਾਵਾ ਇਹ ਮਿਹਰਬਾਨੀ ਕੀਤੀ ਰੱਖਿਆ ਹੈ ਅਤੇ ਬਾਕੀ ਰਹਿ ਗਏ ਦੂਈ ਗੱਲ ਜੇ ਮੈਂ ਇੱਥੇ ਤੈਨੂੰ ਇਤਨਾ ਇਤਬਾਰ ਹੈ ਤਾਂ ਪਿਆ ਨਾ ਰਿਮਸ਼ਾ ਭੂੰਗ ਲੁੱਡੀ ਹੈ ਮੈਨੂੰ ਰਿਆਜ਼ ਜਿਹੜਾ ਨਾ ਆਪਣੇ ਤੋਂ ਜ਼ਿਆਦਾ ਤਾਂ ਇੱਥੇ ਇਤਬਾਰ ਹੈ ਮਾਸੀ ਇੱਕ ਹੋਰ ਨਾ ਕੰਮ ਕਰੀ ਚਾ ਦੱਸੋ ਜੀ ਜੇ ਤੂੰ ਆਖੇ ਤਾਂ ਰਿਮਸ਼ਾ ਤੁਸੀਂ ਮਹੀਨੇ ਦੇ ਛੱਡਣ ਦੇ ਰਿਮਸ਼ਾ ਤੈਨੂੰ ਦੇਵੀ ਹੈ ਅਤੇ ਸ਼ਾਇਦ ਦੇ ਛੱਡੋ ਅਬਾਸ ਨੂੰ ਅੱਲਾ ਦੇ ਬੰਦਿਆਂ ਆਈ ਤਾਂ ਆਵਾਜ਼ ਕਾਵੜ ਕਰ ਜਾ ਸੀ ਉਹਦੇ ਨਾਲ ਜੋ ਮੰਗਣੀ ਹੋ ਗਈ ਹੈ ਪਿਤਰੇ ਨਹੀਂ ਉਹ ਮੇਰਾ ਭਰਾ ਹੈ ਸਾਡਾ ਇਹ ਖੂਨ ਮੈਂ ਉਹਨੂੰ ਸਮਝਾ ਲਈ ਸਾਂ ਹਾਂ ਸਮਝ ਆਈ ਹੈ ਅਤੇ ਮੈਂ ਇੱਥੇ ਇਤਬਾਰ ਆਈ ਨਾ ਇਹ ਕਾਰ ਛੱਡੀ ਦੋਵੇਂ ਭੈਣਾਂ ਇੱਕ ਘਰ ਰਾਸੇ ਨੇ ਖੁਸ਼ਬਾਸ਼ ਮੇਰਾ ਪੁੱਤਰ ਕੋਈ ਇਤਰਾਜ਼ ਨਹੀਂ ਸਾਨੂੰ ਮਾਸੀ ਜੀ ਤੈਨੂੰ ਕੋਈ ਨਾ ਇਤਰਾਜ਼ ਹੋ ਜਿਵੇਂ ਤੂੰ ਭੈਣ ਆ ਨਾ ਮੇਰੀਆਂ ਭੈਣਾਂ ਨਹੀਂ ਮੇਰੀਆਂ ਧੀਆਂ ਹਾਂ ਯਕੀਨ ਕਰ ਜਾ ਪਿਤਰੇ ਉਹ ਮੇਰਾ ਨਿੱਕਾ ਬਿਰਾ ਹੈ ਜਿਹੜੀ ਮੈਂ ਕਾਰ ਛੱਡਣੀ ਉਹ ਦੂਜੀ ਦਾ ਕਾਰ ਨਹੀਂ ਆਉਣੀ ਅਤੇ ਤੁਸੀਂ ਇਹ ਕਰੋ ਜੇ ਤੁਸੀਂ ਖੁਸ਼ੀ ਹੋ ਨਾ ਅਸੀਂ ਦੋਵੇਂ ਬਿਰਾ ਬਹੁਤ ਖੁਸ਼ ਹਾਂ ਇਸ ਗੱਲ 'ਤੇ ਚਲੋ ਠੀਕ ਹੈ ਮੇਰੀਆਂ ਦੋਵੇਂ ਧੀਆਂ ਲੱਗ ਜਾਵਾਂ ਤਾਂ ਇਸ ਤੋਂ ਵੱਡੀ ਕਿਹੜੀ ਖੁਸ਼ੀ ਹੁੰਦੀ ਹੈ ਠੀਕ ਹੈ ਤੁਸੀਂ ਸਲਾਹ ਕਰ ਲਿਓ ਗੱਲ ਸੁਣ ਮੇਰੀ ਸਲਾਹ ਦੀ ਕਿਹੜੀ ਉਹ ਯਾਰ ਵੇਖੇ ਨਾ ਉਹਦੇ ਮੂੰਹ 'ਚੋਂ ਤਾਂ ਗੱਲ ਘਟਾਵਣੀ ਹੈ ਨਾ ਹੋਰ ਸਾਡਾ ਇਤਰਾਜ਼ ਕੋਈ ਨਹੀਂ ਸਾਨੂੰ ਤਾਂ ਤੂੰ ਖੁਸ਼ੀ ਹੈ ਕਿ ਦੋਵੇਂ ਭੈਣਾਂ ਇੱਕੇ ਘਰ ਜਾਂਦੀਆਂ ਪਈਆਂ ਨੇ ਪਿਤਰੇ ਰੋ ਅਸੀਂ ਸਲਾਹ ਦੋਵੇਂ ਬਿਰਾਗੇ ਕਰ ਲਈਏ ਹਲਾ ਸੱਚੀ ਤਾਂ ਪੁੱਛਦਾ ਸਾਡੇ ਕੇ ਪਹਿਲੇ ਮੀਟਿੰਗ ਆਇਆ ਸਾਂ ਤੁਹਾਨੂੰ ਗੱਲ ਆਖਣੀ ਤਾਂ ਸ਼ੁਕਰ ਹੈ ਤੁਸੀਂ ਮਾਂ ਪੁੱਤਰ ਮੰਨ ਗਏ ਹੋ ਉਹ ਅਸੀਂ ਤਾਂ ਅੱਲਾ ਮਾਫੀ ਦੇ ਸਾਡਾ ਪੁੱਤਰ ਉਹ ਵੀ ਪੁੱਤਰ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦੇ ਵਿੱਚ ਮਾਸੀ ਤੋੜ ਉਹ ਵਿਚੜਦੀਆਂ ਜਿਹੜੀ ਸ਼ੌਕ ਦੀ ਲਾਈ ਬਿਲਕੁਲ ਐਵੇਂ ਗੱਲ ਐਵੇਂ ਤੁਹਾਡਾ ਭਲਾ ਹੋਵੇ ਤੁਸੀਂ ਮੰਨ ਗਏ ਹੋ ਅਸੀਂ ਦੋਵੇਂ ਬਿਰਾਏ ਖੁਸ਼ ਹਾਂ ਚਲੋ ਠੀਕ ਹੈ ਤੇ ਮੁੜ ਹੁਣ ਟਾਈਮ ਬਣਾ ਸਾਡੇ ਨਾਲ ਟਾਈਮ ਕੀ ਹੈ ਜਿਹੜੀ ਆ 25 ਰੱਖ ਲਓ ਜਾਂ 26 ਰੱਖ ਲਓ ਜਾਂ 27 ਰੱਖ ਲਓ 27 ਵਾਰ ਵੀ ਚੰਗਾ ਹੈ ਚਲੋ ਤੇ 27 ਠੀਕ ਹੈ ਹਾਂ ਤੂੰ ਆ ਖੜੇ ਸਾਡੀ ਤਾਂ ਆਮੀਨ ਹੈ ਚਲੋ ਮਾਸੀ ਮੋ 27 ਡਨ ਹੋ ਗਿਆ ਠੀਕ ਹੋ ਗਿਆ ਓਕੇ ਓਕੇ ਹੋ ਗਿਆ ਮੰਗੋ ਦੁਆ ਖੈਰ 27 ਨੂੰ ਬਰਾਤ ਨੇ ਬਿਸਮਿਲਲਾ ਠੀਕ ਹੈ ਬਰਾਵਾ 27 ਤਰੀਕ ਨੂੰ ਨਾ ਅੱਖੀ ਨੋਟ ਕੇ 9 ਵਜੇ ਸਾਂ ਤੂੰ ਲਗਾਵੇਂ ਕਿਸੇ ਗੱਲ ਦੀ ਕਾਹ ਪਰੇਸ਼ਾਨੀ ਨਹੀਂ ਠੀਕ ਹੋ ਗਿਆ ਮੇਰਾ ਠੀਕ ਹੈ ਜੀ ਅੱਛਾ ਮਸਤ ਚੰਗਾ ਲੱਗਾ ਠੀਕ ਹੈ ਅੱਲਾ ਤੈਨੂੰ ਸੁਖ ਦੇਵੇ ਠੀਕ ਹੈ ਜੀ ਕਿ ਛੱਡਿਆ ਵੀ ਨਾ ਨਹੀਂ ਮਿਹਰਬਾਨੀ ਅੰਮਾ ਹਾਂਜੀ ਇਹ ਤਾਂ ਮੁੰਡੂ ਹੋ ਗਿਆ ਚੰਗਾ ਹੋ ਗਿਆ ਦੋਵੇਂ ਧੀਆਂ ਪਿਆ ਲੱਗਦੀਆਂ ਨਾ ਹਾਂ ਦੁੱਖ ਸੁੱਖ ਦਾ ਆਪਣਾ ਦੋਵੇਂ ਭੈਣਾ ਹੈ ਬਾਈਵਾਲ ਬਣ ਸਨ ਗਈਆਂ ਸਹੀ ਇਹ ਤਾਂ ਮੁੰਡੂ ਬਿਹਤਰ ਹੋ ਗਿਆ ਰਿਮਸ਼ਾ ਮੇਰਾ ਦਿਲ ਬੜਾ ਡਰਦਾ ਪਿਆ ਕਿ ਘਰ ਵਾਲੇ ਮੰਨਣਗੇ ਜਾਂ ਨਹੀਂ ਮੰਨਣਗੇ ਤੂੰ ਕਿਉਂ ਪਰੇਸ਼ਾਨ ਹੁੰਦੀ ਪਈ ਹੈ ਮੈਂ ਜਿੱਤਣ ਤੇ ਜਿੰਦੀ ਆ ਨਾ ਤੈਨੂੰ ਤਾਂ ਕੁਝ ਹੋਮਵਰਕ ਹੀ ਨਹੀਂ ਦਿੰਦੀ ਠੀਕ ਹੈ ਨਾ ਇਹ ਵਹਿਮ ਨਾ ਰੱਖ ਆਪਣੇ ਦਿਲ ਵਿੱਚ ਨਹੀਂ ਰਿਮਸ਼ਾ ਤੈਨੂੰ ਅੱਗੇ ਹੀ ਮੈਂ ਆਖਿਆ ਕਿ ਮੇਰਾ ਬਾਸ ਨਾਲ ਨਿਕਾਹ ਨਾ ਹੋਇਆ ਤੇ ਮੈਂ ਮਰ ਜਾਣਾ ਆਪਣੇ ਜਿੰਦਿਆਂ ਤਾਂ ਮੈਂ ਤੈਨੂੰ ਮਰਨ ਨਹੀਂ ਦਿੰਦੀ ਇਹ ਵਹਿਮ ਆਪਣੇ ਦਿਮਾਗੋਂ ਕੱਢ ਦੇ ਤੇਰੀ ਸ਼ਾਦੀ ਹੋ ਸੀ ਤੇ ਅਬਾਸ ਨਾਲ ਹੀ ਹੋ ਸੀ ਠੀਕ ਹੈ ਨਾ ਠੀਕ ਹੈ ਇਹ ਗੱਲ ਹੁਣ ਦੁਬਾਰਾ ਨਾ ਸੋਚੀ ਠੀਕ ਹੈ ਚੱਲ ਆ ਟੋਰ ਮੇਰੇ ਨਾਲ ਐਵੇਂ ਤੂੰ ਵਹਿਮ ਰੱਖਿਆ ਹੋਇਆ ਆਪਣੇ ਦਿਮਾਗ 'ਚੋਂ ਕੱਢ ਦੇ ਹਲਾ ਹੁਣ ਚੁੱਪ ਹੋ ਜਾ ਤੇ ਸਾਰਾ ਕੁਝ ਨਾ ਸਹੀ ਹੋ ਜਾ ਸੀ ਜੀ ਅੰਮਾ ਹਾਂ ਦੱਸੋ
गल सुनो मेरी दी आया आई थोड़ा पितरेर रियाज। अच्छा ते इतने चलाई इस गलों के गल हो पई है ते असा हुण कीती है थोड़ी जी तब्दीली रिश्तियां दे विच। मैं आख्या धीआं नूं वी मेरियां क्या मैं उन्हां दे नाल वी शेयर कर लां। हाँ तो मेरी माँ खोल के गाल दस ना। मेरी दी खोल के तेन दसदी पई तू तो मेरी सियानी धी है ते बड़ी करमाली धी है। तेरा पितरे आख्या रहा भाई जेड़ा रिमशा दा रिश्ता मैनू चा दे ते आ जेड़ी मेरी धी है इंदा रिश्ता दे देवी दुए नू अब्बास नू। मैं वो पुछदी पई मेरी धी तुहानू कोई त्राल तो नहीं इस गल दे विच। मेरी माँ मेरी गल सुन असी भला अपने बिरा दे फैसले ते एतराज कर भी सकते हैं भाई जिस बिरा सानू धियां बना के पाला होवे ते जिस माँ प्यो बन के सानू सांभिया होवे ते सानू प्यो दी कमी भी महसूस नहीं होवण दित्ती ते तुसी भला साडे बारे कोई गलत फैसला कर भी सकते हो। तुसी जो भी करना साडे फायदे वास्ते ही करना ते सानू कोई एतराज कोई नहीं। तुसी जो भी कीता साडे चंगे वास्ते ही कीता ना सानू कोई एतराज नहीं सानू आमीन है तुहाडे फैसले ते। ठीक है मेरी मेरी दी तैनू मैनू कोई इतराज नहीं चल अल्लाह तैनू सुख देवे तुसा मेरी गल नहीं सकती मेरी भेणा बहुत चंगी जानो अल्लाह जिंदगी दे ते मान हा भी मेरा फैसला तू इनकार नहीं कर दिया हो चंगी दियां दी मुड़ा यो गल हुंदी है ना। चलो ये तो खुशी वाली गल हो गई जी हां हां बस बिरा हुण मैं इत्थे खुश हो जावी जिवें तू आना ना मैं एवें कर के आ गया ते अपना प्यार आज तेरे तो वार दिता है ते तेरे वेख तक हो जो है ना ते तू हुण बिरा दी कुर्बानी वेंदा रस। मैं बिरा बहुत इत्थे खुश हाँ जिहड़ा बिरा अपने प्यार दी कुर्बानी दे छड्डे होर मैं की चाहां कुछ भी नहीं मैं होर बिरा तू मंगदा ते बिरा मैं तू जिंद भी मंगे ते मैं बिरा तू जिंद ही वार। हाँ हाँ तू जिहड़ी जिंद मैं इत्थे वारनी है मैनूं पता है बिरावा तू अजमा तो मैनू सही पक्की गल हाँ जी हूँ मैं खुश है मैं बहुत राजी हाँ इतने चलो मुड़ इंज ना आखी मेरा वड्डा बिरा है मैं उन्होंने एक काम आख्या जिंदगी तो ना होया मैं आदा बिरा नहीं वड्डा मैं पता है उस गल मन जानी बिरावा सुबह को गड्डी शड्डी कोई नहीं पाई टाइम कोई नहीं रखी शायद तू कितनी परेशान है देख अल्लाह सबब भी बना दिता ते हुण सारा काम इससे चांदी मुड़ू ते हुण वेख दोवें बिरा खलोते हैं उन्हें दा शुक्रिया भी अदा करें ने इतनी सोने रिमश है ना ते खुशखबरी भी सुन गया ओ बिस्मिल्ला बिस्मिल्ला जिथे पैर उठाई खैर अब्बास आज ते बड़ा खुश नजर आंदा पे है ते काम ही एड़ा वड़ा हो गया जिनू अपना प्यार मिल जावे वो खुश ना होवे ते जिस तू जेना प्यार खुश जावे ओदा क्या हाल होसी ए भी दसे से मैनू ये तो नसीबा की खेड है इंदा मैं की जवाब दे सकता मेरे नसीब एवें लिखे हो यान मेरा प्यार मैनू मिलना वो मिल गया। हाँ अब्बास हाँ हुण ते तू ये गल्लां करनियां ही हैं तू सच्चा है साड़ी कुर्बानी दी ते कोई अहमियत ही नहीं है कोई दो लफज मेरी तारीफ है ची बोल चा रिमशा तेने किन्ने गल्लां करन लग गई हो शायदा मैं अब्बास नाल गल करदी पे तेरे नाल ते कोई नहीं कीती रा के ना बंदा गल करन दा क्योंकि मेरे उन्हें शादी होंगी पी है तेन पता भी है तू फिर गलों मौज कर लग गई है खबरदार साड़ी गल तंग अड़ाई तो ये शायद तू की आँदी पई है मैनू सारा कुछ बोल गई है मैं ओई रिमशा हाँ सारिया गल् जानी हाँ मैं क्या कान ने गए ने मेरे नाल रिमशा वो सही प्यादी है साढ़े अपने मामला तेन तो तू ए टंग ना ही अड़ा तबे तारी आई ठीक है बस ठीक है। अब्बास तू ज्यादती की ओ वेख वो बेचारे का कितना दिल दुख हो सी के बैड़े हाल ना जा रही है तू बड़ी वड्डी ज्यादती की है बिरावा तू आज ला ही प्यो बनया खला है तो सही आ सही गल की वो गलत कार छड़ी सो क्यों साढ़े फैसले टांग अड़ी है वो जो आई है इतने मरना गात के खलो रही है कोई सान करान भी दें दोगा अपनी गाल भी तू भी कबाब है हड्डी बान के खलोतो हैं तो सानू करान दे का गाल प्यार दी आपा देती
उरा परेशान तू ना हो मेरी जान हो सानू दुनिया की कोई ताकत भी नहीं फोड़ सकती ठीक है हाँ दूई गल जेड़ा रियाज ते रिमशा है ना ये ना सानू फोड़न की कोशिश करनी हूँ पर नहीं असी कदी भी नहीं फोड़ सकते मैडी पागल को नहीं हैगी ठीक है ना मैनू मासूम इन्हें समझ आया जो मैं अपनी आई तो आ गई ना तो इन्हें मैं दसागी ठीक है ना हाल इन्हें मेरा दूसरा रूप नहीं वेख्या मैं मैनू दसागी रिमशा नू कि मैं की छाया बस तू परेशान नहीं होना ओ मैं को तेरे होंदिया परेशान होवा ये किवें हो सकता भला आ जा तेनू तेरी औकात अज दसदा मैं रिमशा है कि मैं सुनदी पई हाँ मैं तो रिश्ते इनकार कर दिता है कि ड्रामा लाया है मेरे नाल ड्रामे बास अज तू मेरे को पुछदी पई है कि मैं ड्रामा लाया होया तो ये भैन पिछे मैं अपना प्यार कुर्बान कर छड़िया समझ लगी तेनू तेनू इस गल का एहसास नहीं है इस वास्ते तू उना दोवां भिरावां दे सामने मैनू जलील करके उत्थों कढ़िया है अज तू मैनू गल करदी पई है कि मैं ड्रामे ते लगी हुई हाँ मैं ड्रामा लाया होया ड्रामेबाज हो के तू मेरे को पुछदी पई है तू मेरी भैन कोई नहीं तेनू कोई नहीं एहसास अपनी भैन का किवें जलील किया तू मैनू तू अपनी बकवास बंद कर मेरी जबान अपनी संभाल के गल कर अच्छा तो तू हुण मैनू आनी है कि मैं मूँह संभाल के गल करा तेरे नाल बकवास बंद करा अज मैं तेनू तेरी औकात दसनी है मठी पा मठी मैं बड़े चंगे तरीके नाल तेनू जाननी हाँ अच्छा अगर तू मैनू जानदी है ना तो हुण तू मैनू अच्छी तरह जान लई से ठीक है बकवास लाई होई ने ते की खपाई होई ने मेरी माँ अपनी लूडी धी कोलो पुछ ए की आंदी है मैनू कि जबान संभाल के गाल कर बकवास ना कर मेरे अग्गे एनु दस असी उधर रिश्ता करना के कोई नहीं करना रिश्ता सा इनकार कर छड़िया जवाब दे छड़िया ओ तैनू शर्म नहीं आई ए वड्डी बहन वगो बकवास दसदी पई है ते गुस्सा नहीं हुंदी पई है कुछ अकल नु हाथ मार अज तेनू तेरी औकात पता लग गई उसी उस मैनू सारिया गल्ला दस छड़िया बहन तेरिया उस तो तेरे मगर उफ ना कीती ਜਿਵੇਂ ਤੂੰ ਆਉਂਦੀ ਗਈ ਉਹ ਮੰਨੀ ਗਈ ਉਹ ਮੁੜ ਵੀ ਤੈਨੂੰ ਸ਼ਰਮ ਤੇ ਆਇਆ ਨਹੀਂ ਆਇਆ ਹੁਣ ਉਹ ਗੁੱਸਾ ਮੈਂ ਪਿਓਨ ਨਹੀਂ ਹੈ ਵਾਹ ਜੀ ਵਾਹ ਚੰਗੀ ਬਾਈ ਨਿੱਕੀ ਹੋ ਕੇ ਤੇ ਤੂੰ ਚੰਗੇ ਆਇਆ ਵੱਡੀ ਦੇ ਕੀਤੀ ਖਲੋਤੀ ਹੈ ਹੁਣ ਤਾਂ ਤੇਰੇ 'ਚ ਰਹਿ ਗਿਆ ਹੁਣ ਕੀ ਚੁੱਪ ਲੱਗ ਗਈ ਹੈ ਹੁਣ ਜਵਾਬ ਕੋਈ ਨਹੀਂ ਚੁੱਪ ਕਰੋ ਮੈਂ ਗੱਲ ਕਰ ਲੈਂਦਾ ਇਹ ਦੱਸ ਮੇਰੀ ਭੈਣ ਹੋ ਇਹ ਅਜੇ ਤੱਕ ਤੁਹਾਡੀ ਸ਼ਾਦੀ ਤਾਂ ਹੋ ਹੀ ਨਹੀਂ ਤੂੰ ਹੁਣੇ ਲਾ ਬਹਿਣ ਦੀ ਬੇਇੱਜ਼ਤੀ ਕਰਨ ਲੱਗ ਪਈ ਹੈ ਉੱਥੇ ਤਾਂ ਤੂੰ ਪਰਨੀ ਗਈ ਹੋ ਤਾਂ ਤੂੰ ਇਹਦੇ ਸਾਹ ਆਰਾਮ ਦੇ ਕਰ ਲੈਣੇ ਨੂੰ ਕੋਈ ਸ਼ਰਮ ਕਰ ਤੇ ਬੋੜ ਕੇ ਮਾਰੋ ਦੇਖ ਨਾ ਤੇਰੇ ਮਗਰ ਉਸ ਪਿਆਰ ਦੀ ਕੁਰਬਾਨੀ 'ਚ ਦਿੱਤੀ ਉਹ ਤਾਂ ਰਿਆਜ਼ ਨੂੰ ਪਸੰਦ ਵੀ ਨਹੀਂ ਕਰਦੀ ਲੇਕਿਨ ਸਿਰਫ ਤੇਰੀ ਜਿਹੜਾ ਨਾ ਪਿਆਰ ਦੀ ਖਾਤਰ ਹੋ ਤੇਰੀ ਚਾਹ ਦੀ ਖਾਤਰ ਹੋ ਉਸ ਆਪਣੇ ਪਿਆਰ ਦੀ ਕੁਰਬਾਨੀ ਦੇ ਛੱਡੀਏ ਅਤੇ ਤੂੰ ਆ ਜਾ ਵੀ ਗੱਲਾਂ ਕਰਦੀ ਹੈ ਬੋੜ ਕੇ ਮਰ ਜਾ ਮੇਰੀ ਭੈਣ ਬੋੜ ਕੇ ਮਰ ਜਾ ਮਾਫ਼ੀ ਦੇ ਦੇ ਮੇਰੀ ਭੈਣ ਮੇਰੇ ਕੋਲ ਗਲਤੀ ਹੋ ਗਈ ਹੈ एक बार मेरी भैन मैनू माफ़ कर दे अगर तू कोई गलती नहीं होंगी मेरे को बस मेरे को गलती होगी बड़ी वड्डी ठीक है शायदा ये हाथ ना जोड़ तेनू अपनी गलती का एहसास हो गया ना यही मैं चाहती हूँ कि तेनू पता लगे तू ये सोच जिस भैन तेरे पिछे अपना प्यार कुर्बान कर छड़िया ते तू उहदे नाल चंगा नहीं कर सकती ते कम अज़ कम भैड़ा तो ना करना कि मेरी कुर्बानी कुछ भी ना तेरे सामने तू मैनू किवें बेइज्जत किया तू तो अपने आप चो ही बाहर हो गई है तेनू लगे कि पता नहीं मैं कोई वड्डी हूर भरी हाँ तू की सोचे कि मैं रिश्ते तो इनकार कर देसा ये सिर्फ तेनू मत देवनी आ तेनू पता लगे लेकिन हुण तेनू अकल आ गई है तेनू इस गल का एहसास हो गया चंगी गल है तेरे वास्ते ਉਂਜ ਮੈਂ ਤੈਨੂੰ ਮਾਫ਼ ਕੀਤਾ ਲੇਕਿਨ ਬਹਿਣ ਦਾ ਇਹਸਾਨ ਬਣਾ ਕੇ ਰੱਖੋ ਬਹਿਣਾ ਹੋ ਤਾਂ ਬਹਿਣਾ ਬਣ ਕੇ ਰਹੋ ਦੁਸ਼ਮਣੀ ਨਾ ਬਣੋ ਇਹ ਬਾਲਿਆ ਸੱਚ ਪਿਆ ਨਾ ਕਿ ਉਹ ਨਾ ਦੋਵੇਂ ਦੇ ਛੜੀਆਂ ਨੂੰ ਦੇਈ
सच प्याना जेडी रिमशा ओदी शादी हो गई जेडी ने शायदा ओदी आंख वे खाली कीती ने। अच्छा अबास नाल तू अवे कुत्ते चिकदा वत बाल्या मेरे रे ना बोते सा ते शायदा मैं गा नहीं मुझे आवन देंदा देख लमी ए तन मैं विखई सा गया। हां जदों तू परना गाल दे ना ओदों मैं ते पूछांगा किसे दी डोली ते मैं भी काई नहीं बाण देवनी। चलो वेख लेने हां ए मेरी भी चैलेंज है मोड़ तो हद हो गई के हां बस सेने रखी आ जा बस किधर रह गया है आ भी जा। आ भी जा अब्बास नहीं आया तो जहीर तो आ गया है सुने अब्बास दी डोली बाणा तो है। हां मेरे आंदे हां तू किसे और दी डोली बवे ए किवें हो सकदा उन तू चला जाए थे ठीक है ना बास आना ले मैं उन मिलना वे तू दफा आ जा तो मैं शादी बास नहीं करनी है। तू मेरे ने ना हो सकदी तो तू किसे दी नहीं हो सकदी छोड़ दे मैं कह रही छोड़ दे छोड़ दे और मारा मैं तेनू की वेंदा पे है एंदा बास साडे मसले च आया ना मोर तेरी मेरी गाल मोख जासी दफा हो जा एंदा नजर ना आवे इथे तू ठीक ते है ना। हां मैं ठीक हां मेहरबानी मेरा बहन मैं डर गई साज पता नहीं की होना मेरे नाल तू परेशान ना हो मेरे होंदे तने कुछ नहीं हो सकदा ठीक चल मेरे नाल। अस्सलामुअलैकुम दिस इज़ मी रिमशा हुसैन जी वेलकम बैक। कैसे हैं आप सब लोग उम्मीद करती हूँ कि आप सब लोग खैरियत से होंगे और उम्मीद करती हूँ कि आज की हमारी स्टोरी भी आपको अच्छी लगी होगी। इस स्टोरी में यानी कि मौजू हमने ये दिखाया कि दो बहनें थीं जिनका आपस में प्यार था लेकिन जब एक बहन ने यानी कि अपनी रिक्वेस्ट की यानी कि दूसरी बहन को कि मुझे मेरा प्यार यानी कि वापस कर दे और उस बहन ने यानी कि अपना प्यार जो है कुर्बान कर दिया अपनी बहन पर लेकिन जब उसने कुर्बानी दी उसके बाद उस बहन की कोई औकात नहीं रह गई उसके सामने। उसने उसे चीट करने की कोशिश की उसे धोखा देने की कोशिश की उसे बेइज्जत किया सब कुछ किया लेकिन क्यों किया। देखिए आप दोनों तो सगी बहनें थी और बहन ही बहन का एहसास नहीं करेगी तो कौन करेगा और उस बहन का एहसास नहीं किया जिसने अपना सब कुछ कुर्बान कर दिया अपनी बहन पर उसे चीट करने की कोशिश की क्यों। देखिए अब एक बहन है उसने इतनी बड़ी कुर्बानी दी है और उसने उसको कुछ भी नहीं समझा आप यानी कि उसके अच्छाई के बदले अगर अच्छाई नहीं कर सकते तो कम से कम आप उसके साथ बुरा तो ना करें ना। तो यही चीज़ हमने आपको दिखाई कि अगर आपके साथ कोई अच्छा करता है तो उसका बदला जो है अच्छे में दें ना कि उसे बुरे में दें। यही चीज़ हमने आपको दिखाई और बहनें बहनों का तो रिश्ता ही ऐसा होता है लेकिन उस बहन ने इतना यानी कि उसका यानी कि उसके लिए इतना कुछ किया लेकिन उसने उसके यानी कि अहमियत ही नहीं समझी उसके करने की। तो यही चीज़ हमने आपको दिखाई है तो अगर आपको हमारी ये छोटी सी स्टोरी अच्छी लगी हो तो इसे आगे आपने शेयर भी करना है कमेंट्स करने हैं सभी के लिए और लाइक करना भी मत भूलिएगा। एक बार फिर जाते जाते बाटा प्रोडक्शन ऑफिशियल जिंदाबाद पाकिस्तान जिंदाबाद।